कि पिछले दिनों दे विच एक यूनिफार्म सिविल कोड जिहदी बहुत तेजी दे नाल हिमाचल दे विच और गुजरात दे विच प्रचार किया जा रहा कि लागू होगा उहनूं भी असीं कंडैम करदे हां। ये यूनिफार्म सिविल कोड ये हिंदू तत्व दे राष्ट्र वालों एक पहला उहनां दा कदम आ, इस करके असीं इहदी भी निखेधी कीती आ क्योंकि भारत वर्ष बहुत गिणती दे विच इहदे विच बहुत जातां रहिंदियां, बहुत इहदे विच धर्म आ, वह सारे धर्मों नूं घट गिणतियां नूं सारिआं नूं इहनां तों जिहड़ा आ वह खतरा आ। इस तरह जिहड़े अज केस चल रहे सज्जन कुमार जिहड़ा पहला दोषी ठहराया गया सीगा उहनूं भी अज कंडैम किया गया, उहदे नाल दी नाल पाकिस्तान सरकार तों भी मंग की गई कि तुसीं आ पिछले दिनों दे विच कुछ साडा जथा उत्थे दो चार घंटे बैठना पिया कि जे इधरों भी सेंटर सरकार नूं मंग की आ कि जिदन जथे जाने होण उदन इत्थों भी वाघा बॉर्डर तक ते वाघा बॉर्डर तों ननकाणा पंजा तक वह जिहड़े आ उह चलाए जाण। बीजे दी भी मंग की आ भई उह आधार कार्ड दे बना दे उत्ते दित्ता जावे, ये भी अज दे हाउस ने मंगत की आ। इस तों इलावा करतारपुर विखे जिहड़ा पासपोर्ट की शर्त खत्म करनी ते $20 जिहड़े उह भी खत्म करन दी जिहड़ी आ ਉਹ ਅੱਜ ਅਸੀਂ ਇੱਕ ਮਤਾ ਪਾਸ ਕੀਤਾ। ਸਭ ਤੋਂ ਉਚੇਚਾ ਤੇ ਬੜਾ ਖਤਰਨਾਕ ਜਿਹਦੇ ਬੜੇ ਗੰਭੀਰ ਨਤੀਜੇ ਨਿਕਲਣੇ ਆ ਉਹ ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ, ਅੱਜ ਪੰਜਾਬ ਦੇ ਵਿੱਚ ਆਹ ਜਿਹੜੇ ਅੰਕੜੇ ਸਾਰੇ ਤੁਹਾਨੂੰ ਦਿੱਤੇ ਆ ਕਿ ਸ਼ਰਾਬ ਤੋਂ ਇਕੱਲੇ ਤੋਂ 5,578 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਅਤੇ ਇਹ ਆਪਾਂ ਨਸ਼ਾ ਛੜਾ ਰਹੇ ਜਾਂ ਨਸ਼ਾ ਲੋਕਾਂ ਨੂੰ ਲਾ ਰਹੇ ਹਾਂ। ਇਹ ਤੋਂ ਇਲਾਵਾ ਰੋਜ਼ ਧੜਾਧੜ ਬੱਚੇ ਜਿਹੜੇ ਆ ਇਹਦੀ ਭੇਟ ਚੜ ਰਹੇ ਆ, ਇਹ ਵੀ ਸੂਬਾ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਇਹਦੇ ਲਈ ਚੰਗੇ ਠੋਸ ਕਦਮ ਚੱਕੇ ਜਾਣ। ਜਿਹੜੇ ਇਹਨਾਂ ਮੁਕਾਦਮਿਆਂ ਦੇ ਵਿੱਚ ਲੜੀਂਦੇ ਆ ਉਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਤੋਂ ਇਲਾਵਾ ਆਹ ਜਿਹੜਾ ਸਾਡਾ ਇੱਕ ਬੜੇ ਲੰਬੇ ਅਰਸੇ ਦੀ ਮੰਗ ਆ ਕਿ ਦਰਬਾਰ ਸਾਹਿਬ ਨੂੰ ਜਿਹੜਾ ਰਸਤਾ ਆਉਂਦਾ ਇਸ ਰਸਤੇ ਦੇ ਉੱਤੇ ਇੱਕੋ ਗੱਡੀ ਮਸੀ ਲੰਘਦੀ ਆ, ਕਈ ਵਾਰੀ ਲੰਮਾ ਜਾਮ ਲੱਗ ਜਾਂਦਾ। ਇਹ ਜਿਹੜੀ ਸਰਕਾਰ ਪੰਜਾਬ ਦੀ ਇਹ ਤੋਂ ਵੀ ਮੰਗ ਕਰਦੇ ਹਾਂ ਕਿ ਤੁਸੀਂ ਜਾਂ ਤਾਂ ਸਾਡਾ ਜਿਹੜਾ ਇਹ ਆਉਂਦਾ ਸਾਰਾ ਰਸਤਾ ਇਹਨੂੰ ਪੱਧਰ ਕਰੋ, ਨਾ ਜਿਹੜਾ ਦੂਜੇ ਪਾਸੇ ਮੇਨ ਗਲਿਆਰਾ ਬਣਿਆ ਆ ਉਹਦੇ ਉੱਤੇ ਵੀ ਬਹੁਤ ਗੰਦ ਪਾਇਆ ਆ। ਅਸੀਂ ਅਗਲੇ ਮਹੀਨੇ ਤੋਂ ਫਿਰ ਆਪਣੇ ਹੱਥਾਂ 'ਚ ਪ੍ਰਬੰਧ ਲੈ ਕੇ ਉਹਦੀ ਵੀ ਸੇਵਾ ਸੰਭਾਲ ਸਾਰੀ ਕਰਾਂਗੇ। ਅੱਜ ਇੱਕ ਅਸੀਂ ਉਚੇਚਾ ਫੈਸਲਾ ਕੀਤਾ ਜਿਹੜਾ ਬਹੁਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਊਗਾ। ਉਹ ਪ੍ਰਬੰਧ ਦੇ ਵਿੱਚ ਅਸੀਂ ਅੱਜ ਲਗਭਗ ਕਿਉਂਕਿ ਸਾਡੇ 4-5-6 ਵਿੰਗ ਆ ਜਿਨ੍ਹਾਂ ਦੇ ਵਿੱਚ ਇੱਕ ਵਿੰਗ ਸਾਡਾ ਜਿਹੜਾ ਉਹ ਹੈਗਾ ਧਰਮ ਪ੍ਰਚਾਰ ਦਾ, ਅਤੇ ਧਰਮ ਪ੍ਰਚਾਰ ਦੇ ਵਿੰਗ ਦੇ ਵਿੱਚ ਸਰਦਾਰ ਰਜਿੰਦਰ ਸਿੰਘ ਮਹਿਤਾ ਨੂੰ ਇੰਚਾਰਜ ਮੈਂਬਰ ਲਾਇਆ ਗਿਆ। ਇਹਨਾਂ ਦੀ ਕਮਾਂਡ ਦੇ ਵਿੱਚ ਸਰਦਾਰ ਗੁਰਬੀਰ ਸਿੰਘ ਜੀ ਝੱਬਰ, ਭਾਈ ਰਾਮ ਸਿੰਘ ਜੀ ਮਾਝਾ, ਮਾਲਵੇ ਦੇ ਵਿੱਚ ਗੁਰਬੀਰ ਝੱਬਰ ਅਤੇ ਦੁਆਬੇ ਦੇ ਵਿੱਚ ਗੁਰਬਖਸ਼ ਸਿੰਘ ਖਾਲਸਾ, ਇਹ ਧਰਮ ਪ੍ਰਚਾਰ ਦੇ ਜਿਹੜੇ ਸਾਡੇ ਸਕੱਤਰ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਰਾ ਕੇ ਆਪਣਾ ਜਿਹੜਾ ਵਿਸ਼ੇਸ਼ ਯੋਗਦਾਨ ਪਾਉਣਗੇ। ਇਹਦੇ ਨਾਲ ਦੀ ਨਾਲ ਹੀ ਫਿਰ ਅਸੀਂ ਇੱਕ ਹੋਰ ਜਾਇਦਾਦ ਸਬ ਕਮੇਟੀ ਜਿਹੜੀ ਆ, ਕਿਉਂਕਿ ਬਹੁਤ ਸਾਰੀਆਂ ਜਾਇਦਾਦਾਂ ਸ਼੍ਰੋਮਣੀ ਕਮੇਟੀ ਦੀਆਂ, ਸਰਦਾਰ ਸਰਜੀਤ ਸਿੰਘ ਭੇਟੇਵੰਡ ਉਹ ਮੈਂਬਰ ਇੰਚਾਰਜ ਹੋਣਗੇ ਜਿਹੜੇ ਸਮੁੱਚੇ ਤੌਰ 'ਤੇ ਜਾਇਦਾਦਾਂ ਦੀ ਇਹਨਾਂ ਸਕੱਤਰਾਂ ਦੇ ਨਾਲ ਸਾਰੀ ਸੇਵਾ ਸੰਭਾਲ ਕਰਨਗੇ। ਇਸੇ ਤਰ੍ਹਾਂ ਇਮਾਰਤਾਂ ਦਾ ਕਾਰਜ ਕਈ ਵਾਰੀ ਅਧੂਰਾ ਰਹਿ ਜਾਂਦਾ, ਕਈ ਵਾਰੀ ਸਾਡਾ ਕਾਰ ਸੇਵਾ ਸ਼ੁਰੂ ਨਹੀਂ ਹੁੰਦੀ, ਉਹਦੇ ਵਿੱਚ ਸਰਦਾਰ ਕੁਲਵੰਤ ਸਿੰਘ ਜੀ ਮੰਨਣ ਜਲੰਧਰ ਵਾਲੇ ਜਿਹੜੇ ਆ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਆ ਤਾਂ ਕਿ ਸਕੱਤਰਾਂ ਦੇ ਨਾਲ ਇਮਾਰਤੀ ਵਿਭਾਗ ਦੇ ਨਾਲ ਚੱਲ ਕੇ ਉਹ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਣ। ਇਸੇ ਤਰ੍ਹਾਂ ਸਿੱਖਿਆ ਜਿਹੜੀ ਸਾਡੀ ਸਿੱਖਿਆ ਨੂੰ ਇੱਕ ਸਕੂਲਾਂ 'ਚ ਅਸੀਂ ਵੰਡਿਆ, ਇੱਕ ਅਸੀਂ ਕਾਲਜਾਂ 'ਚ ਵੰਡਿਆ, ਅਤੇ ਅਸੀਂ ਸਕੂਲਾਂ ਦੇ ਵਿੱਚ ਸਰਦਾਰ ਸਰਮਨ ਸਿੰਘ ਜੀ ਕੁਲਾਰ ਉਹ ਸਕੂਲਾਂ ਦੇ ਐਜ਼ ਮੈਂਬਰ ਇੰਚਾਰਜ ਉਹਦੀ ਆਪਣੇ ਸਾਰੀ ਦੇਖਭਾਲ ਕਰਨਗੇ। ਬੀਬੀ ਪਰਮਜੀਤ ਕੌਰ ਜੀ ਲਾਂਡਰਾਂ ਜਿਹੜੇ ਕਾਲਜਾਂ ਦੇ ਉਹ ਐਜ਼ ਮੈਂਬਰ ਜਿਹੜੇ ਇੰਚਾਰਜ ਇਹਦੀ ਸਾਰੀ ਸੇਵਾ ਦੇਖਣਗੇ। ਉਹਨਾਂ ਦੇ ਨਾਲ ਕਿਉਂਕਿ ਲੰਗਰ ਸਾਰੇ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਆ ਉੱਥੇ ਲੰਗਰ ਵੀ ਸਾਡੇ ਚੱਲਦੇ ਆ, ਉਹ ਲੰਗਰ ਦੇ ਸਮੁੱਚੀ ਵਿਵਸਥਾ ਨੂੰ ਦੇਖਣ ਨੂੰ ਸਰਦਾਰ ਗੁਰਮੀਤ ਸਿੰਘ ਜੀ ਬੂ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਐਜ਼ ਮੈਂਬਰ ਇੰਚਾਰਜ। ਇਹ ਐਗਜੈਕਟਿਵ ਤੋਂ ਇਲਾਵਾ ਹੋਣਗੇ। ਇਹਨਾਂ ਤੋਂ ਇਲਾਵਾ ਕਾਨੂੰਨੀ ਮਸਲੇ ਜਿਹੜੇ ਸਾਡੇ ਸਾਰੇ
उन्होंने भी सरदार भगवंत सिंह जी सियालका वो साडा भावें अपना विभाग भी ला विभाग इतने आ पर एज मैंबर इंचार्ज ये सारे मैंबर इकट्ठे हो के महीने एक बार इन्हों की मीटिंग करांगे कल्ले कल्ले तो कारगुजारी भी लवेंगे भी ये की कारगुजारी आ। इस तरह एक जिहड़ी साडी पड़तालां दी कमेटी आ उहदे विच असीं अहुदेदार भी पावांगे उहदे सरदार रघवीर सिंह जी शहारन माजरा सरदार बीबी गुरप्रीत कौर जी रूही और उन्हां दे नाल सरदार अजमेर सिंह जी खेड़ा वो जिहड़े आ वो समुचे तौर पर दो मैंबर असीं होर पावांगे वो सारा प्रबंध देखणगे और सरावां दी क्योंकि बहुत शिकायत रहिंदी आ भावें साडे मैनेजर भी आ सकत्तर भी देखदे आ उहदे विच असीं सरदार जोत सिंह समरा सरदार नवतेज सिंह जी कौणी मेजर सिंह जी साडे रामपुरा फूल तो वो मैंबर ते सरदार भुपिंदर सिंह पहलवान जिहड़े आ ਉਹ ਦੇਖਣਗੇ। ਇੱਕ ਸਾਡਾ ਸਿੱਖ ਰਿਸਰਚ ਬੋਰਡ ਅਤੇ ਪਬਲੀਕੇਸ਼ਨ ਵਿਭਾਗ ਆ ਉਹ ਸਮੁੱਚੇ ਦੀ ਦੇਖਭਾਲ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਉਹ ਦੇਖਣਗੇ ਅਤੇ ਜਿਹੜਾ ਸਾਡਾ ਫਾਈਨਾਂਸ ਆ ਉਹ ਅਸੀਂ ਕਮੇਟੀ ਇੱਕ ਅੱਧੇ ਦੋ ਦਿਨਾਂ ਦੇ ਵਿੱਚ ਸਾਰੀ ਤਾੜ ਕੇ ਬਣਾ ਦੇਵਾਂਗੇ। ਸੋ ਮੈਂ ਅੱਜ ਦਿਲ ਦੀਆਂ ਡੰਗਿਆਈਆਂ ਤੋਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਅਤੇ ਕਈ ਵਾਰੀ ਮਨ 'ਚ ਗੱਲ ਵੀ ਹੁੰਦੀ ਆ ਕਿਉਂਕਿ ਅੱਜ ਦਾ ਹਾਊਸ ਚੱਲਿਆ ਅੱਜ ਦੇ ਹਾਊਸ ਦੇ ਵਿੱਚ ਤੁਹਾਨੂੰ ਅੱਜ ਸਮਾਂ ਇੱਥੇ ਬੈਠ ਕੇ ਦਿੱਤਾ। ਕਈ ਵਾਰੀ ਹੁੰਦਾ ਕੀ ਆ ਦੇਖਣ ਵਿੱਚ ਆਉਂਦਾ ਕਿ ਉੱਥੇ ਜ਼ਿਲ੍ਹੇ ਮੈਂ ਕੈਮਰੇ ਫਿੱਟ ਹੁੰਦੇ ਪ੍ਰੈਸ ਹੁੰਦੀ ਆ ਅਤੇ ਕਈ ਵਾਰੀ ਗੁਰੂ ਸਾਹਿਬ ਦਾ ਨਰਾਦਰ ਹੁੰਦਾ ਸਿੰਘ ਸਾਹਿਬਾਨ ਪਿਛਲੀ ਵਾਰ ਵੀ ਕੁਛ ਨਾਰਾਜ਼ ਸੀਗੇ ਇਸ ਕਰਕੇ ਤੁਹਾਡੇ ਤੋਂ ਸਾਰਿਆਂ ਤੋਂ ਹੱਥ ਜੋੜ ਕੇ ਖਿਮਾ ਮੰਗਦਾ ਤੁਹਾਨੂੰ ਹਾਊਸ 'ਚ ਮਤਾ ਨਹੀਂ ਹਾਊਸ 'ਚ ਨਹੀਂ ਤੁਹਾਨੂੰ ਅਸੀਂ ਸਪੇਸ ਦੇ ਸਕੇ ਇੱਥੇ ਤੁਹਾਡਾ ਸਾਰਿਆਂ ਦਾ ਜਿਉਂ ਆਇਆਂ ਆਖਦਾ ਅਤੇ ਧੰਨਵਾਦ ਕਰਦਾ। ਅੰਤ ਦੇ ਵਿੱਚ ਫਿਰ ਮੈਂ ਪੰਥ ਕੀ ਜੀਤ ਇਹ ਪੰਥ ਕੀ ਜੀਤ ਜਿਹਦੇ ਵਿੱਚ ਸਾਰੀਆਂ ਸਰਕਾਰਾਂ ਨੂੰ ਸਮੇਂ ਸਮੇਂ ਸਿਰ ਭਾਵੇਂ ਚੁਣੌਤੀਆਂ ਪਹਿਲਾਂ ਵੀ ਆਉਂਦੀਆਂ ਸੀ ਪਰ ਅੱਜ ਜਿਹੜੀ ਚੁਣੌਤੀ ਸੀ ਸੈਂਟਰ ਦੀ ਸਰਕਾਰ ਪੰਜਾਬ ਦੀ ਸਰਕਾਰ ਆ ਬਹੁਤ ਸਾਰੇ ਮੈਂਬਰ ਸਾਹਿਬਾਨ ਮੇਰੇ ਦੁਆਲੇ ਬੈਠੇ ਆ ਇਕੱਲੇ ਇਕੱਲੇ ਨੂੰ ਟੈਲੀਫੋਨ ਵੀ ਤੁਹਾਡਾ ਦੱਸੋ ਕੀ ਇੰਤਜ਼ਾਮ ਕਰਦੇ ਹਾਂ ਇਹ ਮੈਂ ਸਮਝਦਾ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਆ ਜਿਹਦਾ ਅੱਜ ਮੂੰਹ ਤੋੜਵਾਂ ਜਵਾਬ ਜਿਹੜਾ ਆ ਉਹ ਅੱਜ ਦਿੱਤਾ ਗਿਆ। ਉਹ ਫੋਰਸਿਸ ਜਿਹੜੇ ਸਾਡੇ ਭੈਣਾਂ ਭਰਾ ਹੀ ਆ ਦੂਸਰਿਆਂ ਧੜਿਆਂ ਦੇ ਵਿੱਚ ਵੀ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਆਪਣੇ ਵਾਲ ਕੇਸਾਂ ਦੇ ਆਪਣੀ ਦਾੜੀ ਦੂਸਰਿਆਂ ਦੇ ਹੱਥ ਨਾ ਫੜਾਈਏ ਇਹ ਘਰ ਤੁਹਾਡਾ ਹੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਸ਼੍ਰੋਮਣੀ ਅਕਾਲੀ ਦਲ ਸਾਰਿਆਂ ਦੀ ਮਾਂ ਜਮਾਤ ਆ। ਇਸ ਜਮਾਤ ਦੇ ਵਿੱਚ ਮੈਂ ਜਿੰਨਾ ਸਮਾਂ ਦੇਖਦਾ ਜਿੰਨੇ ਵੀ ਅੱਜ ਗਏ ਕੱਲ੍ਹ ਗਏ ਜਾਂ ਪਿੱਛੇ ਗਏ ਮੁੜ ਅਕਾਲੀ ਦਲ ਦੇ ਵਿੱਚ ਆਉਣਾ ਪਿਆ ਸੁਨਿਮਰ ਬੇਨਤੀ ਆ ਕੌਮ ਦੀ ਐਨਰਜੀ ਨੂੰ ਕੌਮ ਦੀ ਸ਼ਕਤੀ ਨੂੰ ਵੇਸਟ ਨਾ ਕਰੀਏ ਆਪਾਂ ਚੰਗੇ ਪਾਸੇ ਨੂੰ ਲਾਈਏ ਉਹ ਚੰਗਾ ਪਾਸਾ ਕਿਹੜਾ ਧਰਮ ਦਾ ਪ੍ਰਚਾਰ ਕਰੀਏ। ਅੱਜ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਆ ਜਿਹੜੇ ਇੱਥੇ ਰਹਿ ਗਏ ਉਹ ਸਾਰੇ ਨਸ਼ਿਆਂ ਦੇ ਵਿੱਚ ਉਲਤਾਨ ਹੋ ਰਹੇ ਆ। ਸੋ ਇਹਨਾਂ ਪਾਸਿਆਂ ਨੂੰ ਜ਼ੋਰ ਲਾਈਏ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਮੁੱਚੇ ਮੈਂਬਰ ਸਾਹਿਬਾਨ ਨੂੰ ਬਹੁਤ ਬਹੁਤ ਵਧਾਈ ਦਿੰਦਾ ਇਹ ਵੀ ਕਾਮਨਾ ਕਰਦਾ ਕਿ ਇਹ ਜ਼ਿੰਮੇਵਾਰੀ ਆ ਇਹ ਚੌਧਰ ਨਹੀਂ ਇਹ ਗੁਰੂ ਘਰ ਦੀ ਸੇਵਾ ਆ ਇਹ ਸੇਵਾ ਨੂੰ ਤਨਦੇਹੀ ਦੇ ਨਾਲ ਨਿਭਾਈਏ ਇਹੋ ਹੀ ਗੁਰੂ ਦਾ ਸੰਦੇਸ਼ ਆ ਇਹੋ ਹੀ ਸਾਡੇ ਪੁਰਖਾਂ ਦਾ ਸੰਦੇਸ਼ ਆ ਜਿਨ੍ਹਾਂ ਨੇ ਆਪਣੇ ਲਹੂ ਅਤੇ ਮਿੰਝ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ ਸੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।